मतलब जो हमारे वेटर जो हमारे स्टीवर्ड है सब एक पबजी की तरह गेमर की तरह आते हैं आगे और राउंड मार के जाते हैं, उनको लगता है कि भाई जो बंदा यहाँ पे बैठा होता है उसको लगता है कि भाई पबजी में आए हुए हैं। बंदूक कितने तोड़ी लाभ दिन भी मैम, बंदूक तो गेम ही छोड़ दी, यहाँ पर हम करची चलाते हैं। खेली होगी पबजी का फितूर तो सारे फितूर से सरकार मजबूर होगी पबजी नू बैन करन वास्ते। पर एक गल मैं तुहानू दस दिया, अज इस वेले जिथे जिस जगह ते मैं खलोती रही हां, जिस रेस्टोरेंट के बाहर मैं खलोती रही हां, मैं तुहानू एदां दा कहां, रेस्टोरेंट दा नां ही हैगा पबजी रेस्टोरेंट। मैं ते पहली बार वेख्या, मैं लगदा जम्मू दा पहला इहो जिहा रेस्टोरेंट है जिहदा नां है पबजी रेस्टोरेंट। ते थल्ले लिखेरा भी हैगा इत्थे विनर विनर चिकन डिनर। हुण मेरे दिमाग च ते आंदा पिया, मैं ते कदे गेम खेली नहीं है, मैनू पता नहीं है इहदे विच की हुंदा की नहीं, सारा जाके हुण अंदर ही मैं पुछांगी। पर एक गल मैनू पता है कि भाई जिहड़ा बंदा जितदा सी ना ਉਹਨੂੰ ਚਿਕਨ ਡਿਨਰ ਜਿਹੜਾ ਉਹ ਜ਼ਰੂਰ ਮਿਲਦਾ ਸੀ ਤੇ ਟੂਰਨਾਮੈਂਟ ਵੀ ਹੁੰਦੇ ਸੀ। ਹੁਣ ਮੈਂ ਅੰਦਰ ਵੇਖਣਾ ਹੈ ਅੰਦਰ ਦਾ ਕੀ ਮਾਹੌਲ ਹੈ। ਆ ਜਾਓ ਤੁਸੀਂ ਐਂਟਰੈਂਸ ਤੇ ਹੀ ਦੇਖੋ, ਪੂਰਾ ਫੀਲ ਇਧਰੋਂ ਮਿਲਦਾ ਪਿਆ ਹੈ ਕਿ ਬਈ ਅਸੀਂ ਪਬਜੀ ਦੇ ਰੈਸਟੋਰੈਂਟ ਦੇ ਅੰਦਰ ਆ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਬਈ ਜੰਮੂ ਦਾ ਪਹਿਲਾ ਪਬਜੀ ਰੈਸਟੋਰੈਂਟ ਹੈਗਾ ਹੈ। ਤੁਸੀਂ ਵੇਖੋ ਅੰਦਰ ਪੂਰਾ ਇੱਥੇ ਧੂੰਆਂ ਧੂੰਆਂ ਮੈਨੂੰ ਲੱਗਦਾ ਪਿਆ ਹੈ, ਜਾਂ ਮੈਨੂੰ ਹੀ ਲੱਗਦਾ ਪਿਆ ਜਾਂ ਸੱਚੀ ਜੇ ਇੱਥੇ ਧੂੰਆਂ ਧੂੰਆਂ ਹੈ। ਇਸ ਪਾਸੇ ਤੁਸੀਂ ਵੇਖੋ, ਹੁਣ ਮੈਨੂੰ ਇਹ ਸਮਝ ਨਹੀਂ ਆਉਂਦਾ ਪਿਆ ਕਿ ਇੱਥੇ ਇਹ ਬੇਕਰੀ ਹੈਗੀ ਹੈ ਕਿ ਰੈਸਟੋਰੈਂਟ ਹੈ, ਕਿਉਂਕਿ ਬਾਹਰ ਤਾਂ ਰੈਸਟੋਰੈਂਟ ਲਿਖੇ ਰਹਿ ਗਿਆ ਜੀ, ਪਰ ਇੱਥੇ ਕੇਕ ਵੀ ਹੈ ਨੇ। ਚਲੋ ਬਈ ਗੱਲ ਕਰਨੇ ਹਾਂ, ਅੱਜ ਪੁੱਛਦੇ ਹਾਂ ਕਿ ਬਈ ਪਬਜੀ ਦਾ ਰੈਸਟੋਰੈਂਟ ਤਾਂ ਹੈਗਾ, ਚਿਕਨ ਡਿਨਰ ਵੀ ਮਿਲਦਾ ਕਿ ਨਹੀਂ ਮਿਲਦਾ, ਨਹੀਂ ਤਾਂ ਆਪਾਂ ਵੀ ਚਿਕਨ ਡਿਨਰ ਫਿਰ ਲੈ ਕੇ ਜਾਈਏ ਇੱਧਰੋਂ ਆਪਣੇ ਆਪਾਂ ਸਾਡੇ ਵਾਸਤੇ। ਕੀ ਨਾਂ ਹੈ ਤੁਹਾਡਾ? ਰੈਸਟੋਰੈਂਟ ਜਿਹੜਾ ਹੈਗਾ ਪਬਜੀ ਹੈ ਤੁਹਾਡਾ? ਹਾਂਜੀ। ਕਿੰਨਾ ਟਾਈਮ ਹੋ ਗਿਆ ਖੋਲ੍ਹੇ? ਸਾਨੂੰ ਦੋ ਮਹੀਨੇ ਹੋ ਗਿਆ ਖੋਲ੍ਹੇ। ਅੱਛਾ, ਇਹ ਰੈਸਟੋਰੈਂਟ ਤੁਸੀਂ ਤਾਂ ਤੇ ਨਹੀਂ ਖੋਲ੍ਹਿਆ, ਤੁਹਾਡਾ ਬੱਚਾ ਵੀ ਤਾਂ ਨਹੀਂ ਖੇਡਦੇ ਸੀ ਕਿਤੇ ਪਬਜੀ? ਇਹ ਵੀ ਬਹੁਤ ਪਬਜੀ ਖੇਡਦਾ ਸੀ ਤੇ ਕਹਿੰਦਾ ਸੀ ਮੰਮਾ ਜੀ ਮੈਂ ਰੈਸਟੋਰੈਂਟ ਖੋਲ੍ਹਣਾ ਪਬਜੀ ਦੇ ਨਾਂ ਪਰ। ਐਨਾ ਇੰਸਪਾਇਰ ਹੋ ਗਏ? ਹਾਂਜੀ, ਤੇ ਮੇਰੇ ਬੇਟੇ ਨੇ ਕਿਹਾ ਕਿ ਮੈਂ ਖੋਲ੍ਹਣਾ ਚਾਹੁੰਦਾ, ਮੈਂ ਵੀ ਬੱਚੇ ਦਾ ਸਾਥ ਦਿੱਤਾ ਖੋਲ੍ਹਣ 'ਚ, ਖੋਲ੍ਹਿਆ ਪਬਜੀ ਰੈਸਟੋਰੈਂਟ। ਅੱਛਾ, ਹੋਰ ਦੱਸੋ ਇਸ ਰੈਸਟੋਰੈਂਟ ਦੇ ਬਾਰੇ 'ਚ ਕੁਛ। ਬਸ ਇਹੀ ਹੈ ਕਿ ਹਮ ਬੋਲਣਾ ਚਾਹੁੰਦੀ ਹਾਂ ਕਿ ਸਾਰੇ ਆਉਣ ਦਿਖਣ, ਨਵੀਂ ਚੀਜ਼ ਖੁੱਲ੍ਹੀ ਹੈ ਜੰਮੂ 'ਚ, ਆਉਣ ਦਿਖਣ, ਲੋਕੀ ਪਤਾ ਚੱਲੇ ਕਿ ਕੀ ਚੀਜ਼ ਖੁੱਲ੍ਹੀ ਹੈ ਕੀ ਨਹੀਂ ਖੁੱਲ੍ਹੀ ਹੈ। ਮੈਂ ਇਹਦੇ ਨਾਲ ਗੱਲ ਕਰਨੀ ਆ, ਉਹਦੇ ਤੋਂ ਪਹਿਲੇ ਤੁਸੀਂ ਇੱਥੇ ਪੂਰਾ ਮਾਹੌਲ ਪਿੱਛੇ ਵੇਖ ਲਓ, ਪੂਰਾ ਪਬਜੀ ਦਾ ਇੱਥੇ ਫੀਲ ਜਿਹੜਾ ਹੈਗਾ ਉਹ ਆਉਂਦਾ ਪਿਆ। ਅਤੇ ਉੱਪਰ ਤੁਸੀਂ ਵੇਖੋ, ਜੇ ਸਾਹਮਣੇ ਤੁਸੀਂ ਵੇਖੋ ਤਾਂ ਉੱਤੇ ਬੰਦੂਕਾਂ ਵੀ ਜਿਹੜੀ ਹੈਗੀਆਂ ਨੇ ਉਹ ਲਟਕਾਈ ਦੀਆਂ ਨੇ। ਇਹ ਥੋੜੀ ਦੇਰ ਪਹਿਲੇ ਜਿਹੜੀ ਮੈਂ ਪਰੇਡ ਵੇਖੀ ਸੀ ਜੀ ਜੀ ਮੈਮ, ਇਹ 26 ਜਨਵਰੀ ਦੀ ਪਰੇਡ ਕਰਾਈ ਤੁਸੀਂ ਇੱਥੇ? ਨਹੀਂ ਮੈਮ, ਇਹ ਹਮਾਰਾ ਪਬਜੀ ਕਾ ਇੱਕ ਥੀਮ ਰਹਤਾ ਕਿ ਮਤਲਬ ਸ਼ਾਮ ਕੋ ਇੱਕ ਰਹਤਾ ਥੀਮ ਕਰਾਤਾ ਕਿ ਹਮਾਰਾ ਪੂਰਾ ਸਮੋਕ ਰਹਿ ਜਾਤਾ ਯਹਾਂ ਪੇ, ਮਤਲਬ ਜੋ ਹਮਾਰੇ ਵੇਟਰ ਜੋ ਹਮਾਰੇ ਸਟੀਵਰ ਸਭ ਇੱਕ ਪਬਜੀ ਕੀ ਤਰ੍ਹਾਂ ਗੇਮਰ ਕੀ ਤਰ੍ਹਾਂ ਆਤੇ ਆਗੇ ਔਰ ਰਾਊਂਡ ਮਾਰ ਕੇ ਜਾਤੇ ਹੈਂ, ਉਨਕੋ ਲਗਤਾ ਹੈ ਕਿ ਬਾਈ ਜੋ ਬੰਦਾ ਯਹਾਂ ਪੇ ਬੈਠਾ ਹੋਤਾ ਉਸਕੋ ਲਗਤਾ ਹੈ ਕਿ ਬਾਈ ਪਬਜੀ ਮੇਂ ਆਏ ਹੋਏ ਹੈਂ। ਕਿਉਂਕਿ ਸਾਰੀ ਆਰਮੀ ਵਾਲੀ ਡਰੈਸ ਆਪ ਦੇਖ ਸਕਦੇ ਹੋ, ਆਰਮੀ ਵਾਲੀ ਡਰੈਸ ਬਣਾਈ ਹੋਈ ਹਮਨੇ, ਪਬਜੀ ਕੀ ਸਪੈਸ਼ਲ ਬਣਾਈ ਹੋਈ ਹੈ ਕਿ ਲਗਤਾ ਹੈ ਕੋਈ ਚੀਜ਼ ਆਏ ਹੈ, ਕੋਈ ਚੀਜ਼ ਖੇਲ ਰਹੇ, ਕੋਈ ਚੀਜ਼ ਬੰਦਾ ਗੇਮ ਖੇਲ ਰਿਹਾ ਹੈ। ਆਪ ਕੋਈ ਵੀ ਰੈਸਟੋਰੈਂਟ ਮੇਂ ਜਾਓਗੇ ਤਾਂ ਵਹਾਂ ਪੇ ਜਿਤਨੇ ਵੀ ਵੇਟਰ ਸਟੀਵਰ ਹੋਂਗੇ ਨਾ ਵੋ ਸਭ ਅੰਦਰ ਹੀ ਮਿਲੇਂਗੇ, ਮਤਲਬ ਕਿ ਅੰਦਰ ਹੀ ਇੱਕ ਆਪਣੇ ਜ਼ੋਨ ਮੇਂ ਕਾਮ ਕਰ ਰਹੇ ਹਮ, ਇਹ ਚਾਹਤੇ ਜੋ ਹਮਾਰੇ ਅੰਦਰ ਸਟੀਵਰਸ ਹੈ ਸਾਰੇ ਹੈ ਵੋ ਇਸ ਗੇਮ ਕੋ ਵੀ ਖੇਲੇਂ, ਵੋ ਆਏ ਇਸ ਫੀਲਡ ਮੇਂ ਦੇਖੇ, ਉਹਨਾਂ ਨੇ ਕਭੀ ਨਹੀਂ ਦੇਖਾ ਹੋਆ, ਜਿਸਕੋ ਜੋ ਵਰਕਰ ਕਾਮ ਕਰਤੇ ਉਨਕੋ ਨਹੀਂ ਪਤਾ, ਉਨਕੋ ਵੀ ਪਤਾ ਲੱਗੇ ਕਿ ਬਾਈ ਯਹਾਂ ਪੇ ਗੇਮ ਖੇਲੀ ਜਾਤੀ ਹੈ। ਔਰ ਸਾਥ ਮੇਂ ਕਿਹਾ ਕਿ ਹਮ ਖਾਣਾ ਵੀ ਖਿਲਾਤੇ ਹੈ ਅੱਛੀ ਤਰ੍ਹਾਂ, ਵੋ ਕਰਵਾਤੇ ਹੈ ਕਿ ਬਿਨੇ ਬਿਨੇ ਚਿਕਨ ਡਿਨਰ ਕੈਸੇ ਵੀ, ਜੈਸੇ ਹਮਾਰਾ ਕਿਸੇ ਨੇ ਬਿਨੇ ਬਿਨੇ ਚਿਕਨ ਡਿਨਰ ਮੰਗਾਇਆ ਤੋ ਯੇ ਪਲੇਟ ਆਪਕੋ ਵਾਪਸ ਮਿਲ ਗਈ, ਇਨਹੀਂ ਮੇਂ ਸੇ ਕਿਸੇ ਕੇ ਬਾਅਦ ਬਿਨੇ ਬਿਨੇ ਚਿਕਨ ਡਿਨਰ ਹੋਊਗਾ ਔਰ ਵੋ ਆਪਣਾ ਬਿਨੇ ਬਿਨੇ ਚਿਕਨ ਡਿਨਰ ਰੱਖੇਂਗੇ ਔਰ ਆਪਣਾ ਰਾਊਂਡ ਮਾਰ ਕੇ ਜਾਏਂਗੇ। ਤੇ ਉਹ ਚਿਕਨ ਡਿਨਰ ਜੇ ਖਾਣਾ ਹੋਏ ਉਹ ਕਿੱਦਾਂ ਮਿਲਦਾ? मैम उसमें आप हमने 2000 की प्लेट रखी हुई है, जैसे हमने 2000 को ही जिसने बिल बनाया किसी ने तो उसको हम चिकन डिनर फ्री देते हैं, मतलब फ्री चिकन डिनर आता है, जैसे हम गेम जीत लेते हैं कि उसमें विन आता ना विने विने चिकन डिनर, तो वैसे ही फील हम पूरा देते हैं कि विने विने चिकन डिनर आपको हम फ्री देते हैं इस रेस्टोरेंट में। अच्छा, ਕਦੋਂ ਕਦੇ ਤੁਹਾਡੇ ਨਾਲ ਇੱਦਾਂ ਦਾ ਹੋਇਆ ਕੋਈ ਆਇਆ ਰੈਸਟੋਰੈਂਟ ਦੇ ਅੰਦਰ ਤੇ ਉਹਨੇ ਕਿਹਾ ਹੈ ਕਿ ਬਈ ਮੈਂ ਬੜਾ ਪਰੇਸ਼ਾਨ ਹੋ ਗਿਆ ਕਿ ਬਈ ਪਬਜੀ ਦੀ ਗੇਮ ਤੇ ਬੰਦ ਹੋ ਗਈ ਹੈ ਇੱਥੇ ਤੇ ਪੂਰਾ ਉਹ ਇੱਥੇ ਮਤਲਬ ਉਹਦਾ ਰਿਵਿਊ ਕੀ ਰਹਿੰਦਾ ਹੈ ਇਹਦੇ ਬਾਰੇ 'ਚ? ਮੈਮ ਜੋ ਵੀ ਅੰਦਰ ਆਤਾ ਪਹਿਲੇ ਉਹ ਦੇਖਦਾ ਕਿ ਬਾਹਰ ਸਿਰਫ ਗੇਮ ਹੈ, ਜਬ ਉਹ ਅੰਦਰ ਆਤਾ ਉਸਕੋ ਪਤਾ ਲੱਗਤਾ ਯੇ ਤੋ ਰੈਸਟੋਰੈਂਟ ਹੈ,
मतलब रेस्टोरेंट देख के वो देखते कि भाई कोई चीज़ बनाई हुई है जम्मू में कि कितना प्यारा रेस्टोरेंट बनाया हमने 17-18 लाख रुपए लगाया हुआ है। सिर्फ लोगों को बाहर पता लगता है कि सिर्फ गेम है, इसी बात लोग देख के चले जाते हैं। जो हमारे पर्सनल कस्टमर है वो आते हैं, देखते हैं, खाना टेस्ट करते हैं, जो रोज़ आते हैं वो खाना टेस्ट करते हैं। तो हमारा खाना आप देख लो जम्मू में कहीं भी देख लो, हमारा खाना इससे अच्छा नहीं मिलेगा। और हमारी कॉस्टेज सबसे कम होगी जम्मू में, जो आपको तंदूरी चिकन जो चिकन मिलेगा 400 अबव ही मिलेगा, हमारा फुल चिकन 380 रुपीज़ का ओनली, इतना कम रखा हुआ लोगों के लिए कि भाई लोग आए यहाँ पे खाएं, टेस्ट करें, फूड टेस्ट करें, सब हमें पबजी का फील लें एक पूरा। इतना सेटअप डालने के बाद भी मैम हमें इतना अच्छा रिस्पांस नहीं मिल रहा कि मतलब कि इतना लोग देखने नहीं आ रहे, लोगों को पता नहीं कि पबजी सिर्फ बाहर से देख रही गेम है, अंदर आके देखो सही कि क्या चीज़ खोली है बंदे ने। कदे कदे किसी कस्टमर ने ऐदा दी डिमांड तुहाडे कोल कीती है कि मैं रेस्टोरेंट च आया ते कोई जिद्दां बंदूकां वगैरह कुछ चलदियां ने इधर? वैसे मैम हम ये बिना बिना चिकन इनका सॉन्ग चलता है, जैसे हमारे आर्मी वाले आते हैं पूरा ही आते हैं कि वहां बंदूकें भी रहती हैं, कई बार चलदियां नहीं, वो असली नहीं? नहीं नहीं मैम नकली हैं नकली हैं पूरी, चलती नहीं है। तो पूरा राउंड मारते हैं, तो बस जब आता बैठता तो जब कोई भी चीज़ हो, जैसे केक हो, जैसे किसी ने केक किसका बर्थडे हो तो हम फ्री केक देते हैं उनका जिस दिन बर्थडे हो। अच्छा एक एक गल दसो, ये जो इंटीरियर किते रहा सारा पूरा पबजी का इतने फील है बिल्कुल, उत्तों जो छत है वो भी तुम बंदूक लटका रही है, तो मतलब इंटीरियर का जो आया आइडिया, आप मम्मी जी का आइडिया से कि आइडिया से? मैम मेरा था एक्चुअली, मम्मा ने उन्होंने बड़ी सपोर्ट की है, साथ में मैंने लोन लेके ये काम खोला है कि मतलब कि लोन लेके काम खोला हुआ, मम्मा ने भी थोड़ी हेल्प की, थोड़े मेरे अपने पर्सनल थे तो हमने ये सेटअप किया हुआ है। तो ये चाहते हैं कि पूरा यूथ आए देखने, फैमिली के साथ आओ टेस्ट करो, हमारे पास किट्टी पार्टी बर्थडे पार्टी हर एक अरेंज करते हैं हम लोग। अच्छा ये जड़ा केक वगैरह सारा तुसी एरे विच ही है सारा कुछ? जी जी मैम हम खुद मैन्युफैक्चरिंग करते हैं, खुद बनाते हैं, और क्या कि हम पबजी के भी केक बनाते हैं, ऐसे गन्स आती हैं पबजी की वो पूरी हमारे चॉकलेट गन होंगे, मैं आपको बताता हूँ। पहले दस दियो ਤੇ ਉਹਦੇ ਬਾਅਦ ਜਿਹੜਾ ਤੁਸੀਂ ਮਿਊਜ਼ਿਕ ਕਿਹਾ ਨਾ ਕਿ ਜਿਹੜਾ ਚਿਕਨ ਡਿਨਰ ਦਾ ਮਿਊਜ਼ਿਕ ਹੁੰਦਾ ਹੈ ਉਹ ਵੀ ਇੱਕ ਵਾਰ ਵਜਾ ਦਿਓ, ਫੀਲ ਹੀ ਲੈ ਲਓ ਤੁਸੀਂ। ਇਸ ਟਾਈਪ ਕੇ ਹਮਾਰੇ ਚਾਕਲੇਟ ਆਏਗੇ, ਗੰਨੇ ਵੀ ਆਪਕੋ ਚਾਕਲੇਟ ਵਾਲੀ ਮਿਲੇਗੀ ਪਬਜੀ ਵਾਲੀ। ਕਮਾਲ ਦੀ ਕਾਰੀਗਰੀ ਹੈ। पबजी की गेम के जो बंदा नहीं तुम्हें मिलता सी, वह जो बंदूक चलाता ही ठा 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 ठा, मैं तो खेडी नहीं कदे, मेरे नाल वीर जी खलोते रहने, मैनू लगता है ये ओहो ही ने जी पबजी की गेम में बंदूक चलाते हैं। वीर जी की नाम है तुहाडा? मैम रोहित ठाकुर। बंदूक कितने तुहाडी लभदी नहीं पई? मैम बंदूक तो गेम ही छोड़ दी है, पर हम कड़छी चलाते हैं। कड़छी के नाल की करते हो इतने? अच्छा खाना सर्व करते हैं कस्टमर्स को। की हो गया इतनी टेंशन च क्यों लगते पे हो तुसी? नहीं नहीं मैम टेंशन कोई नहीं है। अच्छा इतने फिर चिकन डिनर भी तुसी उसी कड़छी नाल बनांदे हो? उसी कड़छी नाल बनांदे। कदे कोई जे कस्टमर खान नू पाए जे तुहानू जे कदे बोल दे कड़छी नाल किते दो त्रै? नहीं मेरे से कभी नहीं होता है। तो तुसी वेख लिया, तुसी भी एक बार पबजी रेस्टोरेंट जरूर आओ, ये वीर जी तुहानू जरूर मिलने ने, इंदे नाल एक सैल्फी खिचा के, क्योंकि मैं तो खिचावांगी सैल्फी खिचा के पबजी लवर दे नाल पा के फेसबुक ते जरूर अपलोड करियो तुसी। ते एक बार जरूर जम्मू दा पहला पबजी रेस्टोरेंट हैगा जिहड़ा इत्थे साईं पैलेस दे बिल्कुल ऑपोजिट इत्थे हैगा, ते तुसी इत्थे आओ ते इत्थे मज़ा जिहड़ा हैगा पबजी दा ओह लो, क्योंकि फील ते जिहड़ा पबजी दा है ओह गेम विच वी सी, इत्थे ओहदे कोलों ज़्यादा वध के लभदा पिया है।